ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਐਕਸਪ੍ਰੈਸ ਐਂਟਰੀ ਦਾ ਤਾਜ਼ਾ ਡਰਾਅ ਕੱਢਿਆ ਫਰਵਰੀ 15 ਨੂੰ ਜੋ ਡਰਾਅ ਕੱਢਿਆ ਗਿਆ ਉਸ ਦੇ ਵਿੱਚ 699 ਜਣਿਆਂ ਨੂੰ ਪੀਆਰ ਦੇ ਲਈ ਇਨਵੀਟੇਸ਼ਨ ਭੇਜੇ ਗਏ ਨੇ ਜਿਨ੍ਹਾਂ ਕੋਲ ਸੀਮਤ ਸਮਾਂ ਹੋਵੇਗਾ ਅੱਗੇ ਆਪਣੀਆਂ ਫਾਈਲਾਂ ਜਮ੍ਹਾਂ ਕਰਵਾਉਣ ਵਾਸਤੇ ਦਰਸਲ ਜੋ ਤਾਜ਼ਾ ਇਹ ਡਰਾਅ ਕੱਢਿਆ ਗਿਆ ਹੈ ਇਹ ਪੀਐਨਪੀ ਅਪਰੂਵਲ ਵਾਲਿਆਂ ਵਾਸਤੇ ਹੀ ਕੱਢਿਆ ਗਿਆ ਹੈ ਜਿਸ ਦੇ ਵਿੱਚ ਘੱਟੋ ਘੱਟ ਸੀਆਰਐਸ ਸਕੋਰ 791 ਤੱਕ ਗਿਆ ਹੈ ਜਿਸ ਤੋਂ ਬਾਅਦ ਉਮੀਦ ਦਾ ਪ੍ਰਕਟਾਵਾ ਕੀਤਾ ਜਾ ਰਿਹਾ ਹੈ ਕਿ ਛੇਤੀ ਹੀ ਹੋਰ ਐਕਸਪ੍ਰੈਸ ਐਂਟਰੀ ਦਾ ਡਰਾਅ ਆ ਸਕਦਾ ਹੈ ਹੋਰ ਪ੍ਰੋਗਰਾਮਸ ਦੇ ਲਈ ਜਿਸ ਦੇ ਵਿੱਚ CRS ਸਕੋਰ ਪਹਿਲਾਂ ਨਾਲੋਂ ਘੱਟ ਹੋਣ ਦੀ ਉਮੀਦ ਤਾਂ ਪ੍ਰਗਟਾਈ ਜਾ ਰਹੀ ਹੈ ਜਿਸ ਦੇ ਦੀ ਉਡੀਕ ਅਰਜ਼ੀ ਧਾਰਕ ਲੰਬੇ ਸਮੇਂ ਤੋਂ ਕਰ ਰਹੇ ਨੇ ਜਿਨ੍ਹਾਂ ਨੇ ਆਪਣੀਆਂ ਪ੍ਰੋਫਾਈਲਸ ਨੂੰ ਪਹਿਲਾਂ ਹੀ ਜਮ੍ਹਾਂ ਕਰਵਾਇਆ ਹੋਇਆ ਹੈ ਪਰ ਲੰਬੇ ਚਿਰ ਤੋਂ ਉਹਨਾਂ ਨੂੰ ਕਿਸੇ ਵੀ ਡਰਾਅ ਵਿੱਚ ਇਨਵੀਟੇਸ਼ਨ ਨਹੀਂ ਆ ਰਹੇ ਕਿਉਂਕਿ ਇਸ ਸਮੇਂ CRS ਸਕੋਰ ਕਾਫੀ ਜ਼ਿਆਦਾ ਉੱਪਰ ਜਾ ਰਿਹਾ ਹੈ ਜਿੱਥੇ ਕਿ ਉਮੀਦ ਦਾ ਪ੍ਰਿਕਟਾਵਾ ਕੀਤਾ ਜਾ ਰਿਹਾ ਹੈ ਤਾਂ ਨਾਲ ਹੀ ਜੋ ਖਾਸ ਖਿੱਤਿਆਂ ਤੇ ਆਧਾਰਿਤ ਐਕਸਪ੍ਰੈਸ ੈਂਟਰੀ ਦਾ ਡਰਾਅ ਕੱਢਣ ਦੇ ਬਾਰੇ ਇਮੀਗ੍ਰੇਸ਼ਨ ਵਿਭਾਗ ਨੇ ਪਹਿਲਾਂ ਹੀ ਐਲਾਨ ਵੀ ਕੀਤਾ ਹੈ ਉਸ ਆਧਾਰ ਦੇ ਉੱਤੇ ਵੀ ਤਾਜ਼ਾ ਡਰਾਅ ਹੋ ਸਕਦਾ ਹੈ ਜਿਸ ਸੇ ਬਾਰੇ ਜਿਵੇਂ ਹੀ ਕੋਈ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਤੁਹਾਨੂੰ ਦੱਸਾਂਗੇ